एक दूसरे को लड्डू खिलाकर खुशी मनाते ये हैं पानीपत की सिख संगत और बीच में हरियाणा सिख गुरुद्वारा प्रबंधक कमेटी के एकमात्र सदस्य जो है आप लाइव वाइस ऑफ पानीपत पर देख रहे हैं सुप्रीम कोर्ट का एक अहम फैसला जैसी आया वैसे हरियाणा के सिखों में एक खुशी की लहर गई अब हरियाणा की एक अलग कमेटी होगी हरियाणा सिख गुरुद्वारा प्रबंधक कमेटी जो बीस बाईस साल से लड़ाई लड़ रही थी और आज इस लड़ाई का फैसला आया जैसे ही सुप्रीम कोर्ट ने ये डिसीजन दिया तभी से ही जो है पूरे हरियाणा में खुशी की लहर दौड़ पड़ी हर जगह पर आज लड्डू बांटे जा रहे हैं ढोल बजाए जा रहे हैं और एक प्रेस कॉन्फ्रेंस कर लोगों को बताया जा रहा है कि बीस बाईस साल बाद जो सुप्रीम कोर्ट का फैसला है वो हरियाणा के सिखों के लिए बहुत महत्वपूर्ण है हरियाणा के सिखों के लिए नहीं तमाम जो बिरादरी हैं उनके लिए ये महत्वपूर्ण फैसला आया है क्योंकि मामला यह है कि हरियाणा के जितने गुरुद्वारे हैं उनका जितना भी गुलक का पैसा या दान का पैसा वो पंजाब में जाता था अब हरियाणा का हरियाणा में रह जाएगा तो जाहिर तौर पर जो अब हरियाणा में पैसा लगेगा गुरुद्वारों में पैसा लगेगा यूनिवर्सिटीयां बनेंगी स्कूल बनेंगे और जितने भी और सामाजिक काम है वो होंगे मेरे साथ प्रबंध कमेटी के सदस्य उनसे बातचीत करते हैं मोहन जी जी पहले तो बधाई जी बहुत-बहुत है फैसला आया जी सब तो पहला फरी संगत नु ਦਾਸ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬਹੁਤ ਬਹੁਤ ਬਧਾਈਆਂ ਕਿਉਂਕਿ ਲਗਭਗ 22 ਸਾਲ ਦੇ ਸੰਘਰਸ਼ ਤੋਂ ਬਾਅਦ ਅਜ ਹਰਿਆਣਾ ਦੇ ਸਿੱਖਾਂ ਨੂੰ ਬਾਕੀ ਹਰਿਆਣਾ ਦੇ ਵਾਸੀਆਂ ਨੂੰ ਉਹਨਾਂ ਦਾ ਬੰਦਾ ਹੱਕ ਗੁਰਦੁਆਰਾ ਸਾਹਿਬ ਜਿਹੜੇ ਹਰਿਆਣਾ ਦੇ ਵਿੱਚ ਅਤਿਆਥੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦਾ ਪ੍ਰਬੰਧ ਕਰਨ ਦਾ ਸੇਵਾ ਸੰਭਾਲਣ ਦਾ ਸਤਿਮਾਨੀ ਸੁਪਰੀਮ ਕੋਰਟ ਨੇ ਮੌਕਾ ਦਿੱਤਾ ਹੈ ਜਿੰਦੇ ਵਾਸਤੇ ਫੱਟ ਤੋਂ ਪਹਿਲੇ ਅਸੀਂ ਧਨਵਾਦੀ ਹਾਂ ਉਸ ਟਾਈਮ ਦੀ ਪੁਰਾਣੀ ਸਰਕਾਰ ਦੇ ਜਿਨ੍ਹਾਂ ਨੇ 2014 ਦੇ ਵਿੱਚ ਐਕਟ ਲਿਆ ਕੇ ਹਰਿਆਣਾ ਦੀ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਚੈਲੰਜ ਕੀਤਾ ਗਿਆ ਐਸਜੀਪੀਸੀ ਵੱਲੋਂ ਔਰ ਅੱਜ ਸੁਪਰੀਮ ਕੋਰਟ ਨੇ ਉਹਨਾਂ ਦੀ ਜਿਹੜੀ ਆਪਣਾ ਰੀਡ ਸੀ ਉਹ ਰੱਦ ਕੀਤੀ ਔਰ ਇਹਨਾਂ ਦੇ ਸਿੱਖਾਂ ਨੂੰ ਨਾਲ ਨੂੰ ਇਨਸਾਫ ਦਵਾਇਆ ਸਾਨੂੰ ਉਮੀਦ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਸੁਪਰੀਮ ਕੋਰਟ ਨੇ ਸਾਡੇ ਨਾਲ ਅਖੀਰਕਾਰ ਲੰਬੇ ਅਰਸੇ ਤੋਂ ਬਾਅਦ ਫੈਸਲਾ 내 ਕੀਤਾ ਔਰ ਹੁਣ ਅਸੀਂ ਸਨ ਜਿਆਦਾ ਸ਼ੁਕਰਗੁਜ਼ਾਰ ਆ ਹਰਿਆਣਾ ਸਰਕਾਰ ਦੇ ਵੀ ਜਿਨ੍ਹਾਂ ਨੇ ਸਾਡੇ ਕੇਸ ਦੀ ਬਹੁਤ ਖੂਬਸੂਰਤੀ ਦੇ ਨਾਲ ਬਹੁਤ ਤੈਦਲੀ ਦੇ ਨਾਲ ਔਰ ਆਪਣੀ ਪੈਰਵੀ ਕੀਤੀ ਪੰਜਾਬ ਸਰਕਾਰ ਨੇ ਵੀ ਸਾਡਾ ਸਾਥ ਦਿੱਤਾ ਇਸ ਸਾਰੇ ਮਸਲੇ ਦੇ ਵਿੱਚ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨੇ ਹਾਂ ਖਾਸ ਤੌਰ ਤੇ ਧੰਨਵਾਦੀ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦਾ ਕਿਹਾ ਸੀ ਵੀ ਅਸੀਂ ਹਰਿਆਣੇ ਦੇ ਸਿੱਖ ਜਿਹੜੇ ਆ ਮੈਨੂੰ ਵੀ ਹਰਿਆਣੇ ਦਾ ਸਿੱਖ ਗਿਣੋ ਔਰ ਮੈਂ ਉਸ ਮੈਂ ਵੀ ਹਰਿਆਣੇ ਦਾ ਸਿੱਖ ਹਾਂ ਜੋ ਕਿ ਉਹਨਾਂ ਨੇ ਕਰਕੇ ਵਖਾਇਆ ਔਰ ਨਾਲ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਔਰ ਅੱਜ ਉਹਨਾਂ ਨੇ ਆਪਣੇ ਐਡਵੋਕੇਟ ਜਨਰਲ ਔਰ ਬਾਕੀ ਸਟਾਫ ਨੂੰ ਲਾ ਕੇ ਅੱਛੇ ਅੱਛੇ ਵਕੀਲਾਂ ਨੂੰ ਲਾ ਕੇ ਇੱਕ ਕੇਸ ਦੀ ਪੇਰਵੀ ਕਰਵਾ ਗਈ ਜਿੱਥੋਂ ਆਇਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਸਭ ਮੋਹਨ ਜੀ ਜੀ ਬਹੁਤ ਵੱਡਾ ਧੰਨਵਾਦ ਮੈਂ ਕਰਨਾ ਚਾਹਾਂਗਾ ਸਾਡੀ ਪ੍ਰਦੇਸ਼ ਦੀ ਜਨਤਾ ਦਾ ਪ੍ਰਦੇਸ਼ ਵਾਸੀਆਂ ਦਾ ਪ੍ਰਦੇਸ਼ ਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਤਰਨੇ ਪ੍ਰਦਰਸ਼ਨ ਜ਼ਿਲ੍ਹਾ ਦੇ ਵਿੱਚ ਜਾ ਕੇ ਵੀ ਇਹ ਸਾਰਾ ਸਾਡੇ ਸੰਘਰਸ਼ ਨੂੰ ਜਿਹੜਾ ਸਾਡਾ ਸਾਥ ਦੇ ਕੇ ਹਰਿਆਣੇ ਦੇ ਸਿੱਖਾਂ ਦਾ ਆਪਣੇ ਆਪ ਦਾ ਜਿਹੜਾ ਉਹਨਾਂ ਨੇ ਵਜੂਦ ਬਣਾਇਆ ਹੈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਹੁਣ ਆ ਵੀ ਦਿੱਤਾ ਅੱਛਾ ਕੀ ਲੜਾਈ ਲੜ ਚੱਲਦੀ ਸੀ ਇਹ ਵਾਲੀ ਕੀ ਮਤਲਬ ਹਰਿਆਣਾ ਜਦੋਂ ਪ੍ਰਬੰਧ ਕਮੇਟੀ ਅਲੱਗ ਬਣੀ ਐਸਜੀਪੀਸੀ ਅਸੀਂ ਸਾਰਾ ਪ੍ਰਬੰਧ ਉਹਨਾਂ ਦੇ ਹੱਥ ਸੀ ਤੇ ਤੁਸੀਂ ਕਿਸ ਚੀਜ਼ ਦੀ ਲੜਾਈ ਲੜ ਰਹੇ ਸੀ 1966 ਤੋਂ ਜਦੋਂ ਸਾਡਾ ਹਰਿਆਣਾ ਸਟੇਟ ਵੱਖਰੀ ਬਣੀ ਤੇ ਉਹਦੇ ਸਾਡੇ ਕਾਨੂੰਨ ਦੇ ਵਿੱਚ ਹੀ ਅਲੱਗ ਐਸਜੀਪੀਸੀ ਦਾ ਸਾਡਾ ਪ੍ਰਬੋਧਾਨ ਸੀ ਕਈ ਸਾਲ ਸਾਨੂੰ ਇਸ ਗੱਲ ਤੋਂ ਗੋਲੇ ਰੱਖਿਆ ਗਿਆ ਕਿਸੇ ਸਰਕਾਰ ਨੇ ਸਾਡੇ ਵੱਲ ਧਿਆਨ ਨਹੀਂ ਕੀਤਾ ਜੇ ਹੁਣ ਸਾਡਾ ਐਕਟ ਬਣਾਇਆ ਗਿਆ 2014 ਵਿੱਚ ਸਾਡੇ 20 ਸਾਲਾਂ ਦੇ ਸੰਘਰਸ਼ ਤੋਂ ਬਾਅਦ ਐਕਟ ਬਣਾਇਆ ਗਿਆ ਐਕਟ ਨੂੰ ਐਸਜੀਪੀਸੀ ਵੱਲੋਂ ਦੁਬਾਰਾ ਚੈਲੰਜ ਕਰ ਦਿੱਤਾ ਗਿਆ ਜਿਹੜਾ ਕਿ ਸਾਡਾ ਸਾਡੇ तकरीबन तकरीबन 2014 ਤੋਂ ਬਾਅਦ ਹੁਣ ਤੱਕ ਜਿਹੜਾ ਉਹ ਕੇਸ ਜਿਹੜਾ ਸਟੇਟਸ ਕੋ ਚੱਲ ਰਿਹਾ ਸੀ 3-4 ਗੁਰਦੁਆਰਾ ਸੇਵਾਂ ਦਾ 5 ਗੁਰਦੁਆਰਾ ਸੇਵਾਂ ਦਾ ਸਾਡੇ ਕੋਲ ਸੇਵਾ ਸੰਭਾਲ ਹੈ ਸੀ ਹੁਣ ਲਗਭਗ 60 ਗੁਰਦੁਆਰੇ ਸਾਵਾਂ ਜਿਨ੍ਹਾਂ ਦਾ ਜਿਹੜਾ ਬਜਟ ਹੈ ਅੱਜ ਦੀ ਡੇਟ 'ਚ ਲਗਭਗ 400 ਕਰੋੜ ਦਾ ਬਜਟ ਹੈ ਉਹ ਸਾਡਾ ਸਿੱਖਾਂ ਹਰਿਆਣਾ ਦੇ ਸਿੱਖਾਂ ਦੇ ਹੱਥ ਆਇਆ ਹੈ ਅਸੀਂ ਕੋਸ਼ਿਸ਼ ਕਰਾਂਗੇ ਇਸ ਬਜਟ ਦਾ ਵਧੀਆ ਤੋਂ ਵਧੀਆ ਪ੍ਰਯੋਗ ਕਰਕੇ ਹਰਿਆਣਾ ਦੇ ਵਿੱਚ ਸਕੂਲ ਕਾਲਜ ਹਸਪੀਟਲ ਇਸ ਤਰ੍ਹਾਂ ਦੀਆਂ ਸਹੂਲਤਾਂ ਬਣਾ ਕੇ ਲੋਕਾਂ ਦੀ ਅਸੀਂ ਆਪਣੇ ਹਰਿਆਣਾ ਵਾਸੀਆਂ ਦੀ ਪ੍ਰਦੇਸ਼ ਵਾਸੀਆਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮੇਨ ਇਸ ਤੋਂ ਬਾਅਦ ਟੀਚਾ ਰਹੇਗਾ ਇਹ ਇਸ਼ਾਰੇ ਲੋਕ ਵਹੀ ਹੈ ਜੋ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਤੇ ਤੇ ਔਰ ਇਹ ਉਸੇ ਲੜਾਈ ਵਿੱਚ ਸ਼ਾਮਿਲ ਹੋਆ ਸੇ ਹੋਏ ਸੇ ਜਦ ਇਹ ਲੜਾਈ ਚੱਲੇ ਸੀ ਫਿਰ ਸੇ ਬਾਤਚੀਤ ਕਰਤੇ ਹੈ ਤੁਸੀਂ ਦੱਸੋ ਜੀ ਇਸ ਫੈਸਲੇ ਨੂੰ ਕਿਦਾਂ ਮੰਨਦੇ ਹੋ ਜੀ ਜਿੱਦਾਂ ਆਇਆ ਜੀ ਇਹ ਬਹੁਤ ਇਹ ਆਪਣੇ ਹਰਿਆਣਾ ਦੇ ਵਾਸੀਆਂ ਵਾਸਤੇ ਬਹੁਤ ਅੱਛਾ ਫੈਸਲਾ ਲੱਗਾ ਔਰ ਇਹਨਾਂ ਲੋਕਾਂ ਨੂੰ ਬਹੁਤ ਅੱਛਾ ਲੱਗੇਗਾ ਜਦੋਂ ਧਰਨੇ ਪ੍ਰਦਰਸ਼ਨ ਕਰਦੇ ਸੀ ਲਾਟੀ ਚਾਰਜ ਵੀ ਹੁੰਦੇ ਚਾਂਸ ਰਹਿੰਦੇ ਸੀ ਉਤੋਂ ਕੁਝ ਗੱਲ ਯਾਦ ਤੁਸੀਂ ਦੱਸਣਾ ਚਾਹੋ ਸਾਂਝੀ ਕਰਨੇ ਚਾਹੋ ਉਥੇ ਸਾਨੂੰ ਪੁਲਿਸ ਨੇ ਢਾਡਾ ਉਥੇ ਡੰਗ ਡਾਂਗਾ ਮਾਰ ਮਰ ਬੁੜਾ ਹਰ ਕੀਤਾ ਉਥੇ ਲੋਕ ਭਜਾਇਆ ਉਥੋਂ ਇਹ ਹੈ ਉਹ ਹੈ ਨੇੜੇ ਦੇ ਹੁੰਦਾ ਕਿ 12 ਦੇ ਬੰਦੇ ਨਾਲ ਬੈਠੇ ਉਦੋਂ ਪੁਸ ਆ ਗਈ ਸਾਣਾ ਬਹੁਤ ਬੱਸ ਲੁਕੀ ਕੀਤੀ ਗਈ ਸਾਡੀਆਂ ਗੱਡੀਆਂ ਤੋੜੀਆਂ ਗਈਆਂ ਇਹ ਅੱਜ ਅਸੀਂ ਬੜੇ ਖੁਸ਼ ਆ ਇਸ ਮਾਮਲੇ ਤੇ ਸਾਡੇ ਪਰਦੇਸ਼ ਵਾਸੀਆਂ ਨੂੰ ਘਟੋ ਘਟ ਆਪਣਾ ਹੱਕ ਤੇ ਮਿਲਿਆ ਹੈ ਅਸੀਂ ਆਪਣੇ ਹਰਿਆਣਾ ਦੇ ਵਿੱਚ ਆਪਣੇ ਕੋਈ ਸਤਾ ਗੋਲਾਇੰਗ ਹਸਪਤਲ ਖੋਲਾਗੇ ਲੋਕਾਂ ਦੀ ਭਲਾਈ ਦਾ ਸੇਵਾ ਕਰਾਂਗੇ ਆਪਣੇ ਬੱਚਿਆਂ ਦੀ ਸੇਵਾ ਸਾਡੇ ਸਾਡੇ ਸਮਾਜ ਸਾਡੇ ਵਿੱਚ ਹੀ ਸਾਡੇ ਸੇਵਾ ਕਰਾਂਗੇ ਅਸੀਂ ਬੜੇ ਖੁਸ਼ ਤਾਂ ਸਰਕਾਰ ਤੇ तहे ਦਿਲ ਤੋਂ ਅਸੀਂ ਧੰਨਵਾਦ ਕਰਨੇ ਆ 400 ਕਰੋੜ ਰੁਪਏ ਦਾ ਬਜਟ ਜਿਹੜਾ ਕਹਿ ਰਹੇ ਨੇ ਇੱਥੇ ਲੱਗਦਾ ਹੈ ਕਿ ਹੁਣ ਅਜਾਣ ਦੇ ਸਿੱਖ ਵੀ ਖੁਸ਼ਹਾਲ ਹੋਣਗੇ ਬਿਲਕੁਲ ਹੋਣਗੇ ਕਿਉਂ ਨਹੀਂ ਹੋਣਗੇ ਜੇ ਇਹਨਾਂ ਬਜਟ ਅਸੀਂ ਗਰੀਬਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਦੂਜੀ ਕਮੇਟੀ ਵਾਸਤੇ ਵੀ ਅਸੀਂ ਬੜੇ ਬੜੇ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਇਹ ਕਮੇਟੀ ਜਿਹੜੀ ਸਿੱਖਾਂ ਦੀ ਕਮੇਟੀ ਨੇ ਹਮੇਸ਼ਾ ਇੱਕ ਵਾਰੀ ਇੱਕ ਉਹਨਾਂ ਦੇ ਇੱਕ ਜਜ਼ਬਾ ਰੰਦਾ ਹਮੇਸ਼ਾ ਕਿ ਭੀ ਉਹ ਦੂਸਿਆਂ ਦਾ ਨੂੰ ਸਾਥ ਲੈ ਕੇ ਚੱਲਣ ਆਪਣਾ ਇੱਕ ਅਲੱਗ ਆਇਡੈਂਟੀਟੀ ਬਣਾਈ ਰੱਖਣ ਤਾਂ ਕਿ ਲੋਕਾਂ ਨਾਲ ਦੀ ਹੁੰਦੇ ਸਨ ਸੰਗਤ ਲੰਗਰ ਤੇ ਚਲਾਂਦੇ ਲਾਂਦੇ ਲੰਗਰ ਜਲਾਉਂਦੇ ਨੇ ਹੋਰ ਪਾਸੇ ਵਸੇ ਧਿਆਨ ਰੱਖਦੇ ਕੁਛ ਕਰਾਂਗੇ ਤੁਸੀਂ ਕੀ ਗਾਣਾ ਚਾਹੋਗੇ ਜੀ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀ ਰਾਨਾ ਕਮੇਟੀ ਬਣੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਹਰਿਆਣਾ ਦਾ ਸਿੱਖਾਂ ਦਾ 1968 ਤੋਂ ਹੈ ਜਿਹੜਾ ਅੱਜ ਆ ਕੇ ਮਿਲਿਆ ਸਾਨੂੰ ਅੱਗੇ ਛੋਟੇ ਤੋਂ ਛੋਟੇ ਸੇਵਾਦਾਰ ਵੀ ਗੁਰਦੁਆਰੇ ਲੱਗਣਾ ਹੁੰਦਾ ਸੀ ਤੇ ਪੰਜਾਬ ਤੋਂ ਹੁੰਦਾ ਸੀ ਜਿੰਨੇ ਇਤਿਹਾਸਿਕ ਗੁਰਦੁਆਰੇ ਨੇ ਜਿੰਨਾ ਸਾਰਾ ਸਟਾਫ ਪੰਜਾਬ ਤੋਂ ਉਹਨਾਂ ਨੇ ਆਪਣੇ ਪਰਵਾਰਾਂ ਦੇ ਬੰਦੇ ਲਾ ਕੇ ਸਾਡੇ ਗਰੀਬ ਸਿੱਖਾਂ ਨੂੰ ਸੇਵਾਦਾਰ ਮੌਕਾ ਮਿਲੇਗਾ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਦਾ ਮੌਕਾ ਮਿਲੇਗਾ ਚਾ 400 ਕਰੋੜ ਦਾ ਬਜਟ ਥੋੜਾ ਨਹੀਂ ਹੁੰਦਾ ਮੈਡੀਕਲ ਕਾਲਜ ਊਮੈਨਸ ਕਾਲਜ ਦੂਜੇ ਕਾਲਜ ਸਕੂਲ ਗਰੀਬਾਂ ਦੀ ਪੜ੍ਹਾਈ ਵਾਸਤੇ ਬਹੁਤ ਵੱਡਾ ਇੱਕ ਸਾਨੂੰ ਇੱਕ ਬੁਨਿਆਦੀ ਹੱਕ ਮਿਲਿਆ ਔਰ ਅਸੀਂ ਪੂਰਾ ਕੋਸ਼ਿਸ਼ ਕਰਾਂਗੇ ਜਨਤਾ ਦੀ ਜੀ ਜਾਣ ਨਾਲ ਸੇਵਾ ਕਰੀਏ ਲੱਡੂ ਮਨਾ ਕੇ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਜੀ ਬਹੁਤ ਖੁਸ਼ੀ ਹੋਈ ਹੈ ਜੀ ਅੱਜ ਤੇ ਜੋ ਫੈਸਲਾ ਆਇਆ ਬਹੁਤ ਅੱਛਾ ਫੈਸਲਾ ਆਇਆ ਹੈ ਅਸੀਂ ਸਾਰੇ ਬਹੁਤ ਬਹੁਤ ਧੰਨਵਾਦੀ ਹਰਿਆਣਾ ਬਲਦਾਂ ਜੀ ਕਿਵੇਂ ਸੈਲੀਬ੍ਰੇਸ਼ਨ ਕਰੋਗੇ ਉਹਨੂੰ ਪੂਰੇ ਹਰਿਆਣਾ ਜਾ ਕੇ ਅਸੀਂ ਸਾਰਨਾਂ ਪਹਿਲੇ ਤੇ ਧੰਨਵਾਦ ਕਰਨ ਜਾਵਾਂਗੇ ਸਰਕਾਰ ਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਸਾਡੇ ਅਸੀਂ ਟਾਈਮ ਮੰਗਿਆ ਹੈ ਔਰ ਹਰਿਆਣਾ ਦੇ ਸਿੱਖਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਬੜੇ ਸੋਹਣੇ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਇੱਕ ਜਗ੍ਹਾ ਤੇ ਇਕੱਠ ਕਰਕੇ ਸਾਰੇ ਸੰਗਤ ਦਾ ਧੰਨਵਾਦ ਵੀ ਕੀਤਾ ਜਾਏਗਾ ਔਰ ਇਹਨੂੰ ਖੁਸ਼ੀ ਨੂੰ ਇਕੱਠਿਆਂ ਹੋ ਕੇ ਮਨਾਇਆ ਜਾਏਗਾ ਔਰ ਅਸੀਂ ਇੱਕ ਹੋਰ ਅਪੀਲ ਕਰਨਾ ਚਾਹੁੰਦੇ ਆ ਹਰਿਆਣਾ ਸਰਕਾਰ ਨੂੰ ਜਿਹੜੇ ਗੁਰਦਵਾਰਾ ਸਾਹਿਬਾਨ ਦਾ ਸੇਵਾ ਸੰਭਾਲ ਕਰਵਾਨੀ ਹੈ ਉਹ ਸਾਡੀ ਬੜੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕਰਵਾਏ ਜਾਏ ਇਹ ਕਿਉਂਕਿ ਹੁਣ ਸਰਕਾਰ ਦੀ ਜਿਮੇਵਾਰੀ ਹੈ ਕਿ ਇੱਕ ਸਰਕਾਰ ਨੇ ਬਣਾਇਆ ਹੈ ਸੁਪਰੀਮ ਕੋਰਟ ਵੱਲੋਂ ਵੀ ਹਰੀ ਝੰਡੀ ਮਿਲ ਚੁੱਕੀ ਹੈ ਇਹ ਜਲਦੀ ਤੋਂ ਜਲਦੀ ਕਿਉਂਕਿ ਜਿਹੜੇ ਹੁਣ ਐਸ்சி ਪੀਸੀ ਦੇ ਸਾਡੇ ਪ੍ਰਾ ਬੈਠੇ ਨੇ ਸਾਡੇ ਸੇਵਾਦਾਰ ਬੈਠੇ ਨੇ ਇਹਨਾਂ ਨੇ ਸਾਡੀਆਂ ਜਿਹੜੀਆਂ ਇੱਥੋਂ ਦੀਆਂ ਪ੍ਰੋਪਰਟੀ ਜਿਹੜੀਆਂ ਨੇ ਉਹਨਾਂ ਨੂੰ ਖੁਦਬੁੱਦ ਕਰਨ ਦੀ ਕੋਸ਼ਿਸ਼ ਕਰਨੀ ਹੈ ਸਮਾਨ ਨੂੰ ਲਿਜਾਣ ਦੀ ਕੋਸ਼ਿਸ਼ ਕਰਨੀ ਹੈ ਅਸੀਂ ਹਰਿਆਣਾ ਸਰਕਾਰ ਅੱਗੇ ਅਪੀਲ ਕਰਾਂਗੇ ਇਸ ਚੀਜ਼ ਦਾ ਧਿਆਨ ਰੱਖਿਆ ਜਾਏ ਤਾਂ ਕਿ ਜਿਹੜਾ ਸਮਾਨ ਹਰਿਆਣਾ ਦਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਾਡੇ ਕੋਲ ਮੌਜੂਦ ਹੈ ਇਸ ਟਾਈਮ ਟਰੈਕਟਰ ਨੇ ਹੋਰ ਬਾਕੀ ਇਨਸਟਰੂਮੈਂਟਸ ਨੇ ਜ਼ਮੀਨਾਂ ਨੂੰ ਵਾਹਣ ਵਾਲੇ ਹੋਰ ਜਿਹੜੀਆਂ ਪ੍ਰਾਪਰਟੀ ਆ ਸਾਡੀਆਂ ਨੇ ਜਿਹੜੀਆਂ ਉਹਨਾਂ ਨੂੰ ਖੁਦ ਪੁੱਤ ਨਾ ਕਰ ਸਕਣ ਇਹਦਾ ਵੀ ਧਿਆਨ ਜਿਹੜਾ ਅਸੀਂ ਚਾਹਵਾਂਗੇ ਹਰਿਆਣਾ ਸਰਕਾਰ ਬੜੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਸਾਡਾ ਸਹਿਯੋਗ ਕਰੇ ਔਰ ਅਸੀਂ ਬੜੇ ਭਰਾਵਾਂ ਦੇ ਨਾਲ ਬੜੇ ਤਰੀਕੇ ਦੇ ਨਾਲ ਆਪਣਾ ਸੇਵਾ ਸੰਭਾਲ ਕਰੀਏ ਚਲੋ ਜੀ ਇਹ ਪਾਣੀਪਤ ਕੇ ਇਸ ਇੱਕ ਸੰਗਤ थी ਔਰ ਹਰਿਆਣਾ ਕੋ ਦੁਆਰਾ ਪ੍ਰੰਪਤਿਕ ਇੱਕ ਮਾਤਰਾ ਸਦਸਿਯ ਮੋਹੰਜੀ ਤੁਹਾਡੇ ਸਾਥੇ ਤੋਂ ਜ਼ਾਹਿਰ ਤੌਰ ਪਰ 400 ਕਰੋੜ ਰੁਪਏ ਦਾ ਬਜਟ ਹੈ ਜੋ ਹਰਿਆਣਾ ਕੇ ਗੁਰਦੁਆਰਿਆਂ ਮੇ ਲੱਗੇਗਾ ਔਰ ਹਰਿਆਣਾ ਕੇ ਸਮਾਜਿਕ ਕਾਮੋ ਮੇ ਲੱਗੇਗਾ ਤੁਸੀਂ ਵੀਡੀਓ ਕੋ ਸਾਥ ਕੇ ਸਾਥ ਸ਼ੇਅਰ ਜੁਰ ਕਰੇ ਨਮ